ਹਾਂਜੀ ਸਤਿ ਸ੍ਰੀ ਅਕਾਲ ਵੀ ਸਭ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਈ ਹੋਪ ਤੁਹਾਡੀ ਸਟੱਡੀ ਬਹੁਤ ਅੱਛੀ ਚੱਲ ਰਹੀ ਹੋਗੀ ਸੋ ਰਾਜਾ ਅੱਜ ਆਪਣਾ ਜਿਹੜਾ ਕਲਾਸ ਨੰਬਰ ਕਿੰਨੀ ਹੈ 5ਥ ਕਲਾਸ ਆ ਠੀਕ ਹੈ ਕੇਂਦਰੀ ਸਰਕਾਰ ਦਾ ਟੌਪਿਕ ਆਪ ਕਰਨ ਜਾ ਰਹੇ ਆ ਤੇ ਐਨਸੀਆਰਟੀ ਬੇਸ ਜਿਹੜੀ ਆਪਾਂ ਐਮਸੀਕਿਊ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਨਾ ਐਸਐਸਟੀ ਦੀ ਸੋ ਬਹੁਤ ਹੀ ਵਧੀਆ ਤੁਹਾਡਾ ਰਿਸਪੌਂਸ ਆ ਹੈ ਨਾ ਸੋ ਜਿਹੜੇ ਬੱਚੇ ਨਵੇਂ ਨੇ ਉਹ ਇਸ ਚੈਨਲ ਨੂੰ ਕੀ ਕਰ ਲਿਓ ਸਬਸਕ੍ਰਾਈਬ ਕਰਕੇ ਰੱਖ ਲਿਓ ਠੀਕ ਹੈ ਸੋ ਸ਼ੇਅਰ ਵਗੈਰਾ ਕਰਦਾ ਕਰੋ ਹੈ ਨਾ ਕਮੈਂਟ ਕਰਿਆ ਕਰੋ ਸੋ ਜਿਹੜੇ ਆਪਾਂ MCQ ਸੀਰੀਜ਼ ਜਿਹੜੀ ਆਪਣੀ ਚੱਲ ਰਹੀ ਹੈ ਹਨ ਸੋ ਆਪਣਾ ਬਿਲਕੁਲ ਐਗਜ਼ਾਮ ਓਰੀਐਂਟਡ ਕੰਟੈਂਟ ਟੂ ਗਾਣਾ ਸੋ ਤੁਹਾਨੂੰ ਚੀਜ਼ਾਂ ਜਿਹੜੀਆਂ ਸਮਝ ਬਿਲਕੁਲ ਆਉਣਗੀਆਂ ਸੋ ਆਪਣਾ ਕੀ ਹੋਣੀ ਹੈ ਜਿਹੜੇ ਚੈਪਟਰ ਨੰਬਰ ਨੇ ਆਪਾਂ ਕੇਂਦਰ ਸਰਕਾਰ ਤੇ ਪਹੁੰਚ ਗਏ ਹਨ ਸੋ ਦੋ ਤਿੰਨ ਚੈਪਟਰ ਰਹਿ ਗਏ ਆਪਾਂ ਫਿਰ ਕੰਪਲੀਟ ਕਰਕੇ ਫਿਰ ਤੁਹਾਨੂੰ ਇੱਕ ਬਹੁਤ ਹੀ ਲੈਂਥੀ ਜਿਹੜੀ ਵੀਡੀਓ ਬੱਤੀ ਹੈ ਇੱਕ ਡੇਢ ਦੋ ਘੰਟਿਆਂ ਦੀ ਇੱਕੋ ਹੀ ਵੀਡੀਓ ਵਿੱਚ ਆਪਾਂ ਸਾਰਾ ਕੰਟੈਂਟ ਕਵਰ ਕਰ ਲਾਂਗੇ ਓਕੇ ਸੋ ਜੀਤ ਕਰਕੇ ਤੁਹਾਨੂੰ ਕੋਈ ਦਿੱਕਤ ਫਿਰ ਆਉਂਦੀ ਨਹੀਂ ਹੈ ਨਾ ਸੋ ਇਸ ਕਰਕੇ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਕੇਂਦਰ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੈ ਨਾ ਸੋ ਸੈਂਟਰ ਗਵਰਨਮੈਂਟ ਮਤਲਬ ਕਿਹੜੀ ਆਪਣੀ ਅੱਜ ਜਿਵੇਂ ਮੋਦੀ ਸਾਹਿਬ ਬੈਠੇ ਨੇ ਓਕੇ ਸੋ ਸਟੇਟ ਗਵਰਨਮੈਂਟ ਕਿਹੜੀ ਹੁੰਦੀ ਹੈ ਜਿੱਥੇ ਆਪਣੇ ਭਗਵੰਤ ਮਾਨ ਬੈਠਾ ਠੀਕ ਹੈ ਸੋ ਇਸ ਜਿਹੜਾ ਹੈਗਾ ਸੈਂਟਰ ਹੁੰਦਾ ਇੱਕ ਹੁੰਦਾ ਸਟੇਟ ਸੋ ਅੱਜ ਆਪਾਂ ਦੋਨਾਂ ਦੀ ਆਪਾਂ ਕਰਨ ਜਾ ਰਹੇ ਆ ਅੱਜ ਆਪਾਂ ਕੇਂਦਰੀ ਸਰਕਾਰ ਓਕੇ ਸੋ ਪਹਿਲਾ ਕੁਐਸਚਨ ਦੇਖੋ ਕੀ ਕਹਿੰਦਾ ਹੈ ਉਹ ਕਹਿੰਦਾ ਸੈਂਸਸ ਦੇ ਕੋਲ ਕਿੰਨੇ ਸਦਨ ਹੁੰਦੇ ਹਨ ਸੋ ਅਕਸਰ ਤੁਸੀਂ ਦੇਖਿਆ ਹੋਊਗਾ ਵੀ ਮੈਂ ਤੁਹਾਨੂੰ ਦੱਸ ਦਿੰਨਾ ਵੀ ਸੰਸਦ ਜਿਹੜੀ ਆਪਣੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਲੋਕ ਸਭਾ ਓਕੇ ਤੇ ਦੂਜੀ ਕਿਹੜੀ ਹੁੰਦੀ ਹੈ ਰਾਜ ਸਭਾ ਓਕੇ ਸੋ ਲੋਕ ਸਭਾ ਤੇ ਰਾਜ ਸਭਾ ਸੋ ਦੋ ਸਦਨ ਨੇ ਆਪਣੇ ਪਾਰਲੀਮੈਂਟ ਦੇ ਜਿਹ ਚ ਲੋਕ ਸਭਾ ਨੇ ਇਹਦੇ ਵਿੱਚ ਲੋਕਾਂ ਦੁਆਰਾ ਵੋਟਾਂ ਪਾਈਆਂ ਜਾਂਦੀਆਂ ਨੇ ਸਿੱਧੀਆਂ ਡਾਇਰੈਕਟ ਓਕੇ ਸੋ ਜਿਹੜੇ ਰਾਜ ਸਭਾ ਦੇ ਨੇ ਇਹ ਪਹਿਲਾਂ ਜਿਹੜੇ ਲੋਕ ਹੁੰਦੇ ਨੇ ਉਹ ਚੁੰਨਦੇ ਆਪਣੇ ਪ੍ਰਤੀਨਿਧ मतलब ਐਮ ਐਲ ਏ ਐਮ ਐਲ ਏ ਫਿਰ ਗਾ ਵੋਟ ਕਿਨੂੰ ਪਾਉਣਗੇ ਚੁਣ ਕੇ ਬੰਦਿਆਂ ਨੂੰ ਚੁਣ ਕੇ ਭੇਜਦੇ ਰਾਜ ਸਭਾ ਦੇ ਵਿੱਚ ਸੋ ਇਹਨੂੰ ਬੋਲਦੇ ਨੇ ਡਾਇਰੈਕਟ ਇਲੈਕਸ਼ਨ ਇਹਨੂੰ ਬੋਲਦੇ ਨੇ ਇਨਡਾਇਰੈਕਟ ਡਾਇਰੈਕਸ਼ਨ ਓਕੇ ਸੋ ਦੋ ਸਦਨ ਹੁੰਦੇ ਨੇ ਇੱਕ ਲੋਕ ਸਭਾ ਦਾ ਦੂਜਾ ਰਾਜ ਸਭਾ ਦਾ ਠੀਕ ਹੈ ਸੋ ਆਨਸਰ ਕੀ ਆ ਗਿਆ ਦਾ ਦੋ ਆਨਸਰ ਆ ਗਿਆ ਓਕੇ ਸੋ ਆ ਦਿੱਤੀ ਹੋਈ ਐਕਸਪਲੇਸ਼ਨ ਤੁਸੀਂ ਪੜ ਸਕਦੇ ਹੋ ਓਕੇ ਸੋ ਤੁਸੀਂ ਦੇਖ ਲਓ ਜੀ ਆ ਦੇਖੋ ਦੋ ਸਦਨ ਹੁੰਦੇ ਨੇ ਠੀਕ ਹੈ ਦੋ ਸਦਨ ਹੀ ਹੁੰਦੀ ਹੈ ਇੱਕ ਹੁੰਦੀ ਹੈ ਲੋਕ ਸਭਾ ਦੂਜੀ ਹੁੰਦੀ ਹੈ ਰਾਜ ਸਭਾ ਸੋ ਆ ਦੇਖੋ ਓਕੇ ਸੋ ਤੁਸੀਂ ਇਹ ਧਿਆਨ ਰੱਖਣਾ ਇਸ ਤਰੀਕੇ 200 ਦਿਨ ਹੁੰਦੇ ਨੇ ਲੋਕ ਸਭਾ ਤੇ ਰਾਜ ਸਭਾ ਓਕੇ ਸੋ ਦੇਖੋ ਆ ਦਾ ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਸੋ ਦੇਖੋ ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ 5 ਸਾਲ ਹੁੰਦਾ ਓਕੇ ਸੋ ਜਿਹੜਾ ਇਹਦਾ ਜਿਹੜਾ ਇਹਦਾ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਉਪ ਰਾਸ਼ਟਰਪਤੀ ਉਹਦਾ ਵੀ ਕਾਰਜਕਾਲ ਕਿੰਨਾ ਹੁੰਦਾ 5 ਸਾਲ ਚਾਹੇ ਕੋਈ ਪ੍ਰਧਾਨ ਮੰਤਰੀ ਆ ਚਾਹੇ ਕੋਈ ਮੁੱਖ ਮੰਤਰੀ ਆ ਚਾਹੇ ਕਿ ਕੋਈ ਵੀ ਹੈ ਸਭ ਦਾ ਕਾਰਜਕਾਲ ਕਿੰਨਾ ਹੋਊਗਾ ਹਮੇਸ਼ਾ 5 ਸਾਲ ਹੋਊਗਾ ਓਕੇ ਸੋ 5 ਸਾਲਾਂ ਬਾਅਦ ਹੀ ਜਿਹੜੀਆਂ ਚੋਣਾਂ ਕਰਵਾਗਾ ਜਾਂਦੀਆਂ ਨੇ ਸੋ ਉਹਦਾ ਆਨਸਰ ਕੀ ਆਊਗਾ ਕੀ ਆਊਗਾ 5 ਇਹ ਆਨਸਰ ਆਊਗਾ ਠੀਕ ਹੈ ਚਲੋ ਜੀ ਉਹ ਕਹਿੰਦਾ ਕੇਂਦਰ ਸਰਕਾਰ ਦੇ ਕਿਹੜੇ ਮੁੱਖ ਅੰਗ ਹਨ ਲੋ ਜੀ ਲੋ ਜੀ ਕਰੋ ਸੋ ਦੇਖੋ ਜਦੋਂ ਆਨਸਰ ਆ ਗਿਆ ਸਾਰੇ ਇਹਦਾ ਮਤਲਬ ਆਪਾਂ ਨੂੰ ਤਿੰਨੇ ਆਪਸ਼ਨਾਂ ਦੇਖਣੀਆਂ ਪੈਣਗੀਆਂ ਆਦਰਵਾਇਜ਼ ਆਪਾਂ ਇੱਕ ਇੱਕ ਆਪਸ਼ਨ ਵੇਖੀ ਆਪਾਂ ਸਹੀ ਲਾ ਸਕਦੇ ਹਾਂ ਨਾ ਸੋ ਦੇਖੋ ਮੁੱਖ ਕਿੰਨੇ ਅੰਗ ਨੇ ਇਹਦੇ ਮੁੱਖ ਅੰਗ ਹੁੰਦੇ ਨੇ ਇਹਦੇ ਤਿੰਨ ਸਰਕਾਰ ਦੇ ਠੀਕ ਹੈ ਕਿਹੜੇ ਕਿਹੜੇ ਹੁੰਦੀ ਹੈ ਪਹਿਲਾ ਹੁੰਦੀ ਹੈ ਵਿਧਾਨਪਾਲਿਕਾ ਫਿਰ ਉਹਦੀ ਕਾਰਜਪਾਲਿਕਾ ਫਿਰ ਹੁੰਦੀ ਹੈ ਨਿਆਂਪਾਲਿਕਾ ਸੋ ਇਹਦਾ ਆਨਸਰ ਕੀ ਆਜੂਗਾ ਇਹਦਾ ਆਨਸਰ ਆਜੂਗਾ 올 ਆਫ ਦੀ ਅਬਵ ਮਤਲਬ ਡੀ ਆਨਸਰ ਆਜੂਗਾ ਨਾ ਸਾਰੇ ਦੇਖੋ ਲੈਜਿਸਲੇਟਿਵ ਕੀ ਹੁੰਦੀ ਹੈ ਨਿਆਂਪਾਲ ਵਿਧਾਨਪਾਲਿਕਾ ਹੁੰਦੀ ਹੈ ਜਿੱਥੇ ਕਾਨੂੰਨ ਬਣਦਾ ਹੈ ਠੀਕ ਹੈ ਤੇ ਜਿਹੜੀ ਕਾਰਜਪਾਲਿਕਾ ਹੁੰਦੀ ਹੈ ਜਿੱਥੋਂ ਕਾਨੂੰਨ ਫਿਰ ਲਾਗੂ ਹੁੰਦਾ ਹੈ ਅੱਛਾ ਜਿਹੜਾ ਕਾਨੂੰਨ ਲਾਗੂ ਕਰਨ ਜਾਰੀ ਸਰਕਾਰ ਉਹ ਨਿਆਂਪਾਲਿਕਾ ਪਹਿਲਾਂ ਦੇਖਦੀ ਹੈ ਹਨ ਵੀ ਕੀ ਕਾਨੂੰਨ ਸਹੀ ਹੈ ਜਾਂ ਗਲਤ ਹੈ ਲੋਕਾਂ ਦੇ ਹਿੱਤ ਵਿੱਚ ਆਇਆ ਜਾਂ ਲੋਕਾਂ ਦੇ ਉਲਟ ਤਾਂ ਨਹੀਂ ਹੈਗਾ ਸੋ ਉਹ ਚੀਜ਼ਾਂ ਨੂੰ ਦੇਖਣ ਲਈ ਕੀ ਕਰਨੇ ਬੰਦਾ ਫਿਰ ਸਰਕਾਰ ਦੇਖਦੀ ਹੈ ਨਿਗਰਾਨੀ ਰੱਖਦੀ ਹੈ ਉਹਨਾਂ ਤੇ ਓਕੇ ਸੋ ਇਹ ਤਿੰਨੇ ਹੀ ਕੰਮ ਨੇ ਕੇਂਦਰ ਸਰਕਾਰ ਜਾਂ ਕੋਈ ਕੇਂਦਰ ਸਰਕਾਰ ਦੇ ਜਿਹੜੇ ਇਹ ਅੰਗ ਨੇ ਦਿੰਨੇ ਓਕੇ ਸੋ ਇਹਦਾ ਆਨਸਰ ਕਿਹ ਹੋਊਗਾ ਡੀ ਲੋ ਜੀ ਆ ਰਿਹਾ ਕੁਐਸਚਨ ਪਿੱਛੇ ਹੋਗਾ ਸੀ ਇੱਕ ਲੋ ਉਹ ਤਾਂ ਕੇਂਦਰ ਸਰਕਾਰ ਦੇ ਕੁੱਲ ਕਿੰਨੇ ਮੁੱਖ ਅੰਗ ਹਨ ਸੋ ਆਪਾਂ ਹੁਣੇ ਕਰਕੇ ਆਉਂਦੇ ਆ ਕਿੰਨੇ ਅੰਗ ਨੇ ਦੋ ਅੰਗ ਨੇ ਨਹੀਂ ਯਾਰ ਤਿੰਨ ਹੈ ਹੁਣ ਇਹ ਤੇ ਕੀਤਾ ਪਾ ਜੇ ਐਨਾ ਵੀ ਨਹੀਂ ਆਪਾਂ ਕੱਚਾ ਲਉਣਾ ਠੀਕ ਹੈ ਚਲੋ ਲੋ ਜੀ ਇੱਥੇ ਤੁਹਾਨੂੰ ਮੈਂ ਆਨਸਰ ਦਿੱਤਾ ਹੋਇਆ ਆ ਰਿਹਾ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਆ ਰਿਹਾ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਓਕੇ ਸੋ ਭਾਰਤ ਵਿੱਚ ਸੰਸਦ ਦੀ ਸਰਕਾਰ ਕਿੱਦਾਂ ਚੱਲਦੀ ਹੈ ਮੁੱਖ ਤਿੰਨ ਪ੍ਰਮੁੱਖ ਅੰਗ ਹੁੰਦੇ ਇਹਦੇ ਓਕੇ ਸੋ ਇਹ ਤੁਸੀਂ ਯਾਦ ਰੱਖਣਾ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਉਹ ਨਿਆਂ ਵੀ ਕਰਦੀ ਹੈ ਜੇਕਰ ਮੋਦੀ ਸਾਹਿਬ ਗਲਤ ਬਣਾਉਣਗੇ ਤਾਂ ਸੁਪਰੀਮ ਕੋਰਟ ਆਉਗੀ ਠੀਕ ਹੈ ਤਾਂ ਦੇਖੂਗੀ ਕਹਨੂੰ ਵੀ ਸਹੀ ਬਣਿਆ ਗਲਤ ਬਣਿਆ ਲੱਗੀ ਸਮਝ ਗੱਲ ਚਲੋ ਜੀ ਲੱਗੇ ਦੇਖੋ ਉਹ ਕਹਿੰਦਾ ਲੋਕ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ ਲੋਕ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਆ ਸੋ ਵੱਧ ਤੋਂ ਵੱਧ ਜਿਹੜਾ ਪਿਛਲੇ ਵੱਧ ਤੋਂ ਵੱਧ ਤਾਂ ਉੱਥੇ ਹੁੰਦੀਆਂ ਵੀ ਜਿਹੜਾ ਵਿਧਾਨ ਸਭਾ ਹੈ ਨਾ ਵਿਧਾਨ ਸਭਾ ਸਿੱਥੇ ਸਪੀਕਰ ਬੈਠਦਾ ਇੱਥੇ ਆਪੋਜੀਸ਼ਨ ਵਾਲੇ ਬੈਠਦੇ ਇਧਰ ਸਰਕਾਰ ਵਾਲੇ ਬੈਠਦੇ ਆ ਤਾਂ ਵੱਧ ਤੋਂ ਵੱਧ ਉੱਥੇ ਕਿੰਨੇ ਬੰਦੇ ਬੈਠ ਸਕਦੇ ਆ ਸੋ ਵਰਤੋਂ ਦੇ ਕਿੰਨੀਆਂ ਸੀਟਾਂ ਲੱਗੀਆਂ ਉੱਥੇ 552 ਸੀਟਾਂ ਲੱਗੀਆਂ ਉੱਥੇ 500 ਤੇ 52 ਸੀਟਾਂ ਲੱਗੀਆਂ ਪਰ ਅਸਲ 'ਚ ਬਹਿੰਦੇ ਕਿੰਨੇ ਨੇ 500 ਤੇ 43 2 2 ਕਿਹੜੇ ਸੀ ਐਂਗਲੋ ਇੰਡੀਅਨ ਇਹ ਹੁਣ ਖਤਮ ਕਰਤੇ ਆ ਸੋ ਹੁਣ ਆਨਸਰ ਕੀ ਆਊਗਾ ਆਪਣਾ 543 ਆਨਸਰ ਆਇਆ ਕਰੂਗਾ ਪੁਰਾਣੀਆਂ ਬੁੱਕਾਂ 'ਚ ਕੀ ਕਵਰ ਕੀਤਾ 545 ਕੀਤਾ ਕਿਉਂਕਿ ਉਸ ਵੇਲੇ ਦੋ ਬੰਦੇ ਜਿਹੜਾ ਰਾਸ਼ਟਰਪਤੀ ਨਿਯੁਕਤੀ ਕਰਦਾ ਸੀ ਨਾ ਉਹ ਹੁਣ ਖਤਮ ਕਰਤੇ 2020 ਤੋਂ ਬਾਅਦ 2020 ਤੋਂ ਬਾਦ ਇਹ ਖਤਮ ਕਰਦੇ ਕਿਉਂਕਿ ਐਂਗਲੋ ਇੰਡੀਅਨ ਜੋ ਹੁਣ ਆਪਣੇ ਦੇਸ਼ 'ਚ ਨਹੀਂ ਹੈਗੇ ਹੁਣ ਤੁਸੀਂ ਸੋਚੋਗੇ ਕਿ ਐਂਗਲੋ ਇੰਡੀਅਨ ਕੀ ਹੁੰਦਾ ਬਹੁਤ ਬੱਚੇ ਨੂੰ ਨਹੀਂ ਪਤਾ ਹੋਊਗਾ ਐਂਗਲੋ ਇੰਡੀਅਨ ਦਾ ਮਤਲਬ ਇਹ ਹੁੰਦਾ ਹੈ ਕਿ ਐਂਗਲੋ ਮਤਲਬ ਜਿਹੜਾ ਬੰਦਾ ਹੈ ਠੀਕ ਹੈ ਉਹ ਕੌਣ ਹੈ ਗੋਰਾ ਬ੍ਰਿਟਿਸ਼ ਤੇ ਇੰਡੀਅਨ ਕੀ ਹੈ ਊਮਨ ਜਿਸ ਨਾਲ ਆਪਸੇ ਸ਼ਾਦੀ ਕਰਨਗੇ ਇਹ ਸ਼ਾਦੀ ਕਰਨਗੇ ਤੇ ਜਿਹੜਾ ਇਹਨਾਂ ਦਾ ਜਿਹੜਾ ਬੱਚਾ ਹੋਊਗਾ ਸੰਨ ਹੋਊਗਾ ਉਹਨੂੰ ਬੋਲਾਂਗੇ ਐਂਗਲੋ ਇੰਡੀਅਨ ਮਤਲਬ ਅੱਧਾ ਐਂਗਲੋ ਅੱਧਾ ਇੰਡੀਅਨ ਠੀਕ ਹੈ ਸੋ ਭਾਰਤੀ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਹੁਣ ਇਹ ਨਹੀਂ ਮਿਲਦੇ ਠੀਕ ਹੈ ਇਹ ਪ੍ਰੋਡਕਟ ਖਤਮ ਹੋ ਚੁੱਕਿਆ ਹੈ ਜਾ ਕੇ ਲੋ ਲੱਭੇ ਨਹੀਂ ਸੋ ਜਿਹੜੀਆਂ ਦੋ ਸੀਟਾਂ ਰਾਸ਼ਟਰਪਤੀ ਰੱਖਣ ਸੀ ਉਹ ਹੁਣ ਬਿਲਕੁਲ ਵੀ ਨਹੀਂ ਦਿੱਤੀਆਂ ਜਾਣਗੀਆਂ ਸੋ ਕਿੰਨੇ ਰਹਿਣਗੇ ਫਿਰ 543 543 ਡਰ ਆਈਆਂ ਓਕੇ ਸੋ ਆਨਸਰ ਕੀ ਹੋ ਗਿਆ ਤਾਂ 552 ਆਨਸਰ ਹੈ ਓਕੇ ਲੋ ਜੀ ਇੱਥੇ ਦੱਸਦਾ ਹਾਂਗਾ ਆਪ ਪੜ੍ਹ ਲਈਏ ਵੀ ਸੰਸਦ ਦੇ ਕੋਲ ਕਿੰਨੇ ਸਦਰ ਹੁੰਦੇ ਨੇ ਹਨ ਲੋਕ ਸਭਾ ਹੁੰਦਾ ਤੇ ਰਾਜ ਸਭਾ ਹੁੰਦਾ ਹੈ ਹਨਾ ਸੋ ਵਿਦਵਾਨਪਾਲਿਕਾ ਚਲ ਇੱਥੇ ਦਿੱਤਾ ਅੱਗੇ ਦੇਖਾਂਗੇ ਆਪਾਂ ਚਲੋ ਜੀ ਠੀਕ ਹੈ ਆ ਦੇਖੋ ਆ ਤਾਂ ਦੱਸਿਆ ਆ ਲੋਕ ਸਭਾ ਵਾਲਾ ਪੜ੍ਹ ਲਓ ਲੋਕ ਸਭਾ ਇੱਥੇ ਵੀ ਲਿਖਿਆ ਆ ਸਾਰਾ ਕੁਝ ਬਿਲਕੁਲ ਸੇਮ ਲਿਖਿਆ 10th ਕਲਾਸ ਦਾ ਚੈਪਟਰ ਹੈ 10th ਕਲਾਸ ਦਾ ਚੈਪਟਰ ਹੈ ਠੀਕ ਹੈ ਸੋ ਕੀ ਕਹਿੰਦਾ ਉਹ ਦੋਸਦਨੀ ਹੁੰਦੀ ਹੈ ਹਨਾ ਸੋ ਇਹਦਾ ਦੇਖੋ ਭਾਰਤ ਦੇ ਨਾਗਰਿਕ ਨੂੰ ਚਾਹੀਦਾ ਜਿਹੜਾ ਲੋਕ ਸਭਾ ਦਾ ਮੈਂਬਰ ਬਣਨ ਵਾਲਾ ਹੁੰਦਾ ਹੈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ ਤੇ ਨਾਗਰਿਕਤਾ ਤੋਂ ਵਾਂਝਾ ਨਹੀਂ ਹੋਣਾ ਇਹਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਕਲ ਦਿੱਤਾ ਤੇ ਇੱਥੇ ਲੋਕ ਸਭਾ ਦੇ ਉਚੋਣਾਂ ਲੜੀ ਜਾਂਦਾ ਐ ਇਦਾਂ ਨਹੀਂ ਹੁੰਦਾ ਹਨ ਸੋ ਇੱਕ ਗੱਲ ਇਹ ਤੇ ਹੋਰ ਨੋਟ ਕਰਨੀ ਤੁਸੀਂ ਇੱਕ ਗੱਲ ਤੁਸੀਂ ਇੱਥੇ ਦੇਖੋ ਧਿਆਨ ਨਾਲ ਕਿ ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ ਪਰ ਰਾਸ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ ਇਹ ਵੀ ਗੱਲ ਯਾਦ ਰੱਖਣੀ ਹੈ ਕੁਐਸਚਨ ਬਣੂਗਾ ਇਹਦਾ ਠੀਕ ਹੈ ਸੋ ਜਿਹੜੇ ਕੁਐਸਚਨ ਪ੍ਰੀਵਿਅਸ ਇਅਰ ਚ ਆਇਆ ਮੈਂ ਉਹ ਵੀ ਡਿਸਕਸ ਕਰੂੰਗਾ ਤੁਹਾਡੇ ਨਾਲ ਓਕੇ ਤੈਨੂੰ ਤਾਂ ਚਾਰ ਕੁਐਸਚਨ ਆਪਣੇ ਇੱਥੇ ਹੀ ਸੋਲਵ ਹੋਣਗੇ ਇਸ ਚੈਪਟਰ ਚ ਹੀ ਤੈਨੂੰ ਤਾਂ ਚਾਰ ਕੁਐਸਚਨ ਸੋਲਵ ਹੋਗੇ ਸੋ ਤੁਸੀਂ ਗੌਰ ਨਾਲ ਸੁਣਨਾ ਠੀਕ ਹੈ ਗੌਰ ਨਾਲ ਕਲ ਸੁਣੀ ਬੱਲਿਆ ਹਨ ਗੌਰ ਨਾਲ ਸੁਣਿਆ ਕਰੋ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਕਰੋ ਉਹ ਕਹਿੰਦਾ ਹੇਟਲਸ ਸਦਨ ਕੁਸ਼ਨ ਕਿਹਾ ਜਾਂਦਾ ਲੋ ਜੀ ਕਰ ਲੋ ਕੀ ਕਿੰਗ ਲੋਸਪਨ ਕਿਹਾ ਜਾਂਦਾ ਯਾਰ ਹੁਣ ਤਾਂ ਪੜਕਿਆ ਆ ਆਪਾਂ ਠੀਕ ਹੈ ਸੋ ਧਿਆਨ ਰੱਖਣਾ ਚੀਜ਼ਾਂ ਦਾ ਉਹੀ ਚੀਜ਼ਾਂ ਘੁਮ-ਘੁਮ ਕੇ ਦਵਾਰ ਦਵਾਰ ਆਉਣ ਗਈਆਂ ਲੋ ਜੀ ਆ ਰਿਹਾ ਕੀ ਕਹਿਆ ਜਾਂਦਾ ਆਪਾਂ ਲੋਕ ਸਭਾ ਨੂੰ ਹੇਟ ਲਾਸਦਨ ਕਿਹਾ ਜਾਂਦਾ ਹੈ 550 ਸੀਟਾ ਪਲੱਸ 2 ਐਂਗਲੋ ਇੰਡੀਅਨ ਕਿੰਨੀਆਂ ਹੋਈਆਂ ਨੇ 500 ਤੇ 52 543 ਮੈਂਬਰ ਠੀਕ ਹੈ ਅੱਗੇ ਤੁਹਾਨੂੰ ਮੈਂ ਕਰਵਾਉਣਾ ਇੱਥੇ ਦੱਸ ਦੇਣਾ ਖੜ ਜਾ ਦੇਖੋ ਟੋਟਲ ਕਿੰਨੇ ਬੰਦੇ ਨੇ 500 ਤੇ ਅ 550 ਲਿਖੋ 500 ਤੇ 52 ਇਹਦੇ ਵਿੱਚੋਂ ਟੋਟਲ ਭਰਨੇ ਕਿੰਨੇ ਨੇ 500 47 5747 ਵਿੱਚੋਂ 530 ਬੰਦੇ ਆਉਣਗੇ ਸਟੇਟਾਂ ਤੋਂ ਔਰ ਜਿਹੜੇ 13 ਬੰਦੇ ਆਉਣਗੇ ਕਿੱਥੋਂ ਦਾ ਇਥੇ ਮਤਲਬ ਇਥੇ 20 ਸੀਟਾਂ ਇਧਰ ਆ ਗਈਆਂ 20 'ਚ 13 ਬੰਦੇ ਆ ਰਹੇ ਨੇ ਯੂਨੀਅਨ ਟਰੇਟਰੀ ਮਤਲਬ ਕੇਂਦਰ ਸ਼ਾਸਤਰੀ ਪ੍ਰਦੇਸ਼ ਤੋਂ ਬਸ ਇਕੱਲੀਆਂ ਕੇਂਦਰ ਸ਼ਾਸਤਰੀ ਪ੍ਰਦੇਸ਼ ਦੀਆਂ ਹੀ 7 ਸੀਟਾਂ ਖਾਲੀ ਪਈਆਂ ਉੱਥੇ ਪਾਰਲੀਮੈਂਟ 'ਚ ਬਾਕੀ ਸਾਰਾ ਕੁਝ ਭਰਿਆ ਹੋਇਆ ਹੈ ਠੀਕ ਹੈ ਤਾਂ ਉਹਨੇ 552 ਕਿਹਾ ਸੀ 530 ਤੇ 520 ਕਿ ਨਾਲ ਟੋਟਲ 550 ਤੇ ਪਲੱਸ 2 ਬੰਦੇ ਕਿਹੜੇ ਸੀਗੇ ਐਂਗਲੋ ਇੰਡੀਅਨਸ ਦੇ ਉਹ ਹੁਣ ਖਤਮ ਹੋ ਗਿਆ ਤਾਂ ਕਰਕੇ ਉਹਨੇ 550 ਕਹਤਾ ਹੈ ਓਕੇ ਤਾਂ ਕਰਕੇ ਇਸ ਇਸ ਚੀਜ਼ਾਂ ਵਿੱਚ ਕਨਫਿਊਜ਼ ਨਹੀਂ ਹੋਣਾਗਾ ਨਵੀਆਂ ਬੁੱਕਸ ਦੇ ਵਿੱਚ ਜਿਵੇਂ ਆਇਆ ਫਿਰ ਆਪਾਂ ਉਹਨੂੰ ਦੇਖ ਲਾਂਗੇ ਨਾ ਕਿ ਕੀ ਆਨਸਰ ਟਿਕ ਲਾਉਂਦੇ ਨੇ ਚਲੋ ਨੈਕਸਟ ਕੁਐਸਚਨ ਦੇਖੋ ਆਹ ਰਾਜ ਸਭਾ ਦੇ ਵਾਤਵਤ ਕਿੰਨੇ ਮੈਂਬਰ ਹੁੰਦੇ ਨੇ ਲੋ ਜੀ ਕਿੰਨੇ ਸੌਦੇ ਨੇ 500 ਓ ਸੌਰੀ ਕਿੰਨਾ ਹੁੰਦਾ ਹੈ 250 ਪਰ ਹੁਣ ਐਟ ਅ ਟਾਈਮ ਕਿੰਨੇ ਨੇ 245 ਨੇ ਬਸ ਸਿੰਪਲੀ ਜੀ ਠੀਕ ਹੈ ਪੰਜਾਬ ਦੇ ਵਿੱਚ ਕਿੰਨੇ ਮੈਂਬਰ ਜਾ ਰਹੇ ਨੇ ਆਸਭਾ ਦੇ 7 ਠੀਕ ਹੈ ਲੋਕ ਸਭਾ ਦੇ ਕਿੰਨੇ ਜਾ ਰਹੇ ਨੇ 13 ਟੋਟਲ ਕਿੰਨੇ ਹੋਗੇ 20 ਜੇ ਪਛਲਾ ਕੁੱਲ ਸੰਸਦ ਦੇ ਕਿੰਨੇ ਮੈਂਬਰ ਨੇ 20 ਜੇ ਪਛਲਾ ਕੱਲਾ ਰਾਜ ਸਭਾ ਦੇ ਕਿੰਨੇ ਨੇ 7 ਪੰਜਾਬ ਚੋਂ ਤੇ ਲੋਕ ਸਭਾ ਦੇ ਕਿੰਨੇ ਨੇ 13 ਤੇ ਟੋਟਲ ਸੀਟਾਂ ਕਿੰਨੀਆਂ ਨੇ 250 ਠੀਕ ਹੈ ਪਰ ਹੁਣ ਜਿਹੜੇ ਆਪਣੇ ਐਟ ਅ ਟਾਈਮ ਕਿੰਨੇ ਬੰਦੇ ਜਾ ਰਹੇ ਨੇ 245 ਮਤਲਬ 5 ਸੀਟਾਂ ਖਾਲੀ ਪਈਆਂ ਨੇ ਠੀਕ ਹੈ ਉਹ ਆਪਣੇ ਅਸਤੀ ਪਈਆਂ ਨੇ ਪੜਿਆ ਕਰੋ ਤੇ ਫਿਰ ਜਾਓ ਉੱਥੇ ਰਾਸ ਸਭਾ 'ਚ ਓਕੇ ਸੋ ਆ ਲਿਆ ਹੁਣ ਆਪਾਂ ਰਾਸ ਸਭਾ ਪਰ ਆਪਾਂ ਸਾਰਾ ਕੁਝ ਪੜ ਲੈਣਾ ਠੀਕ ਹੈ ਹੁਣ ਤੁਹਾਡਾ ਸਾਰਾ ਟੌਪਿਕ ਹੈ ਰਾਸ ਸਭਾ ਦਾ ਇਥੋਂ ਕਵਰ ਹੋਣ ਲੱਗਿਆ ਹੈ ਧਿਆਨ ਨਾਲ ਅੱਧ ਟੱਕਣ ਖੋਲ ਲਓ ਦਿਮਾਗ ਦੇ ਅੱਖਾਂ ਸਾਰਾ ਕੁਝ ਖੋਲੋ ਦਿਮਾਗ ਅੱਖਾਂ ਵੀ ਖੋਲ ਲਓ بس ਦੋ ਤਿੰਨ ਚੀਜ਼ੇ ਹੀ ਹੁੰਦੀਆਂ ਨੇ ਤੇ ਧਿਆਨ ਠੀਕ ਹੈ ਧਿਆਨ ਰੱਖੋ ਇੱਧਰ ਸੋ ਆਪਾਂ ਹੁਣ ਸਾਰਾ ਕੁਝ ਕਵਰ ਕਰ ਲਾਂਗੇ ਓਕੇ ਸੋ ਦੇਖੋ ਰਾਸ ਸਭਾ ਦੇ ਵਿੱਚ ਕੀ ਹੁੰਦਾ ਹੈ ਜੀ ਇਰਾਦ ਸਭਾ ਦੇ ਵਿੱਚ ਇੱਕ ਤਾਂ ਹੁੰਦਾ ਹੈ ਉੱਪਰਲਾ ਸਦਨ ਠੀਕ ਹੈ ਜਿਹਨੂੰ ਦੂਜਾ ਸਦਨ ਵੀ ਕਹਾ ਜਾਂਦੇ ਨੇ ਦੂਜਾ ਮਤਲਬ ਕਿਉਂਕਿ ਪਹਿਲਾਂ ਲੋਕ ਸਭਾ ਜਿਆਦਾ ਹੀ ਹੁੰਦੀ ਨਾ ਰਾਸ ਸਭਾ ਨਾਲ ਕੋ ਕਿਥੇ ਲੋਕ ਸਿੱਧੀਆਂ ਵੋਟਾਂ ਲਈ ਆਏ ਹੁੰਦੇ ਆ ਠੀਕ ਹੈ ਇੱਥੇ ਵੱਡੇ ਵੱਡੇ ਸਿਰਾਂ ਵਾਲੇ ਬੈਠੇ ਨੇ 25-25 ਸਾਲਾਂ ਤੋਂ ਬੈਠੇ ਨੇ ਹਨਾ ਸੋ ਉਹ ਬੰਦੇ ਕਿੱਥੇ ਪੈਰ ਲੱਗੜ ਦਿੰਦੇ ਨੇ ਹੂੰ ਚਲੋ ਜਿਹੜੇ ਰਾਸ ਸਭਾ ਵਾਲੇ ਵਿਚਾਰੇ ਹਾਰੇ ਹੁੰਦੇ ਨੇ ਵਿਚਾਰੇ ਜਿਹੜੇ ਘਰੋਂ ਕੱਢੇ ਹੁੰਦੇ ਨੇ ਨਾ ਉਹ ਉਹਨਾਂ ਨੂੰ ਇੱਧਰ ਭਾਉਂਦੇ ਆ ਚਲੋ ਯਾਰ ਬੈ ਜਾ ਬੈ ਜਾ ਬੈ ਜਾ ਹਨਾ ਫੇਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਪੁੱਛਦਾ ਰਾਸ ਸਰ ਰਾਜ ਸਭਾ ਦੇ ਕਰ ਹੋਰ ਦੇਖੋ ਰਾਜ ਸਭਾ ਦੇ ਮੈਂਬਰ ਦੀ ਜਿਹੜੀ ਕਾਰਜਕਾਲੀ 6 ਸਾਲ ਹੁੰਦੀ ਹੈ ਠੀਕ ਹੈ ਇੱਥੇ ਇਹ ਤੁਸੀਂ ਲੱਭ ਲਓ ਮੈਨੂੰ ਤਾਂ ਕਿਸੇ ਦਿਖਣੀ ਜਾਂਦਾ ਲੱਭਗਾ ਲੱਭਗਾ ਆ ਆ ਪਿਆ ਠੀਕ ਹੈ ਸੋ ਲੋਕ ਸਭਾ ਦੇ ਮੈਂਬਰ ਦੀ ਕਾਰਜਕਾਲ ਕਿੰਨਾ ਹੁੰਦਾ 5 ਸਾਲ ਪਰ ਇਹਦਾ ਹੁੰਦਾ 6 ਸਾਲ ਇਹ ਗੱਲ ਯਾਦ ਰੱਖਣੀ ਇੱਕ ਨੰਬਰ 2 2200 ਮੈਂਬਰ ਹੁੰਦੇ ਨੇ ਠੀਕ ਹੈ 238 ਮੈਂਬਰ ਕਿੱਥੋਂ ਜਾਂਦੇ ਨੇ ਰਾਜਾਂ ਦੇ ਵਿੱਚੋਂ ਪਰ 12 ਬੰਦੇ ਕਿੱਥੋਂ ਕੌਣ ਨਾਮਜ਼ਦ ਕਰਦਾ ਉਹ ਰਾਸ਼ਟਰਪਤੀ ਕਰਦਾ ਓਕੇ ਸੋ ਨੈਕਸਟ ਵੀਡੀਓ ਵਿੱਚ ਮੈਂ ਸਾਰੇ ਕੁਐਸਚਨ ਪਾਉਂਗਾ ਇਹ ਔਰ ਇਹੀ ਕੁਐਸਚਨ ਆਇਆ ਸੀਗਾ ਆਇਓ ਹੁਣ ਮੈਨੂੰ ਯਾਦ ਆ ਗਿਆ ਇਹੀ ਕੁਐਸਚਨ ਆਇਆ ਸੀਗਾ ਪੀਐਸਟੈਟ 2018 ਦੇ ਵਿੱਚ ਠੀਕ ਹੈ ਉਹਨੇ ਸਿੱਧਾ ਪੁੱਛ ਲਿਆ ਸੀਗਾ ਵੀ ਕਿੰਨੇ ਬੰਦੇ ਜਿਹੜੇ ਨੇ ਨਾਮਜ਼ਦ ਹੁੰਦੇ ਨੇ ਔਰ ਕਿੰਨੇ ਬੰਦੇ ਰਾਸ਼ਟਰਪਤੀ ਨਾਮਜ਼ਦ ਕਰਦਾ ਕਿੰਨੇ ਸਟੇਟਾਂ ਕਰਦੀਆਂ ਇਹ ਕੁਐਸਚਨ ਪੁੱਛਿਆ ਸੀ ਉਹਨੇ ਠੀਕ ਹੈ ਸੋ ਸੋ ਤੁਸੀਂ ਧਿਆਨ ਨਾਲ ਦੇਖਣਾ ਵੀ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਵੱਧ 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 ਪੰਜ ਸੱਤ ਪੁਆਇੰਟ ਹੈ ਮੈਂ ਤੁਹਾਨੂੰ ਰਿਵਾਈਜ਼ ਕਰਾ ਦੇਣਾ ਇੱਥੇ ਪਹਿਲੀ ਗੱਲ ਮੈਂਬਰ ਕਿੰਨੇ ਟੋਟਲ ਮੈਂਬਰ ਕਿੰਨੇ ਨੇ 200 ਤੇ 38 ਤੇ 12 ਇਹ ਟੋਟਲ ਨੇ ਅੱਛਾ ਚੁਣੇ ਕਿੰਨੇ ਜਾਂਦੇ ਨੇ 233 ਤੇ 12 ਆਹ ਵਾਲਾ ਆਨਸਰ ਹੈ ਦੋ ਪੀ ਐਸਟੈਟ ਦਾ ਆਨਸਰ ਠੀਕ ਹੈ ਚਲੋ ਕਾਰਜਕਾਲ ਕਿੰਨਾ ਉਹਦਾ 6 ਸਾਲ ਹੈ ਠੀਕ ਹੈ 6 ਸਾਲ ਕਾਰਜਕਾਲ ਹੈ 30 ਸਾਲ ਦੀ ਇਹਦੀ ਜਈਦੀ ਆਪਣੀ ਉਮਰ ਉਮਰ ਠੀਕ ਹੈ ਸੋ ਆਹ ਚਾਰ ਪੰਜ ਪੁਆਇੰਟ ਹੈ ਇਨ ਇਨ ਕੀ ਕਹਾ ਜਾਂਦਾ ਰਾਜੇ ਨੂੰ ਦੂਜਾ ਹਾਊਸ ਕਿਹਾ ਜਾਂਦਾ ਨੇ ਜਨ ਬੋਲਾਂਗੇ ਉੱਪਰਲਾ ਹਾਊਸ ਹਨ ਉੱਪਰਲਾ ਸਦਨ ਕਿਹਾ ਜਾਂਦਾ ਓਕੇ ਸੋ ਬਸ ਆਹੀ ਦੋ ਚਾਰ ਪੁਆਇੰਟ ਨੇ ਤੁਸੀਂ ਇਹਨੂੰ ਧਿਆਨ ਚ ਰੱਖਣਾ ਹੈ ਲੱਗੀ ਸਮਝ ਗੱਲ ਧਿਆਨ ਚ ਰੱਖਣਾ ਇਹਨੂੰ ਤੇ ਬਸ ਫਿਰ ਹੋਰ ਤਾਂ ਕੋਈ ਪੁਆਇੰਟ ਹੈ ਦੇਖਣੀ ਚਾਹੀ ਮੈਨੂੰ ਬਾਕੀ ਤੁਸੀਂ ਪੜ ਲਿਓ ਅੱਛਾ ਇਹਦੀ ਜਿਹੜੀ ਇਹਦਾ ਪ੍ਰਧਾਨ ਕਰੂਗਾ ਚੇਅਰਮੈਨ ਹੁੰਦਾ ਤੇ ਚੇਅਰਮੈਨ ਰਾਜ ਸਭਾ ਦਾ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਅੱਛਾ ਜਿਹੜਾ ਚੇਅਰਮੈਨ ਹੁੰਦਾ ਕੌਣ ਹੁੰਦਾ ਉਹ ਹੁੰਦਾ ਉਪ ਰਾਸ਼ਟਰਪਤੀ ਵਾਇਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੀ ਇਹਨੂੰ ਚੇਅਰ ਕਰਦਾ ਹੈ ਠੀਕ ਹੈ ਇਸ ਸਦਨ ਨੂੰ ਕੌਣ ਚੇਅਰ ਕਰਦਾ ਹੈ ਵਾਈਸ ਪ੍ਰੈਜ਼ੀਡੈਂਟ ਓਕੇ ਸੌਰੀ ਲੋ ਜੀ ਅਗਲਾ ਅਗਲਾ ਦੇਖੋ ਲੋ ਜੀ ਆ ਤਾਂ ਲੋਕ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਲੋ ਜੀ ਵੈਰੀ ਸਿੰਪਲ 5 ਸਾਲ ਪਿਛੇ ਵੋਟਾ ਪਾਉਣੇ ਆਪਾਂ ਠੀਕ ਹੈ ਸੋ 5 ਸਾਲਾਂ ਬਾਅਦ ਹੁੰਦਾ ਪਰ 6 ਸਾਲ ਕਿਹਦਾ ਹੁੰਦਾ ਰਾਜ ਸਭਾ ਦਾ ਠੀਕ ਹੈ ਰਾਜ ਸਭਾ ਦੇ ਮੈਂਬਰ ਦੀ ਕਿੰਨੀ ਕਾਰਜਕਾਲ ਹੁੰਦੀ ਹੈ 5 ਸਾਲ ਨਹੀਂ 6 ਸਾਲ ਹੁੰਦੀ ਹੈ بس ਇਹ ਧਿਆਨ ਰੱਖਣਾ ਹੈ ਪੰਜਾਬ ਵਿੱਚ ਕਿੰਨੀਆਂ ਸੀਟਾਂ ਨੇ ਕੁੱਲ ਕਾਦੀਆਂ ਲੋਕ ਸਭਾ ਦੀਆਂ ਲੋਕ ਸਭਾ ਦੇ ਕਿੰਨੀਆਂ ਨੇ 13 ਠੀਕ ਹੈ ਆ 3 ਇਧਰ ਨੂੰ ਹੋ ਗਿਆ ਸੀਗਾ ਇਹਨੂੰ ਇਧਰ ਨੂੰ ਕਰਨਾ 3 ਠੀਕ ਹੈ ਸੋ 7 ਕਿਹੜੀਆਂ ਹੁੰਦੀਆਂ ਨੇ ਰਾਜ ਸਭਾ ਦੀਆਂ ਠੀਕ ਹੈ ਸੋ ਇਹ ਸਿੰਪਲ ਸੋ ਈਜੀ ਹਮਮ ਠੀਕ ਹੈ ਸੋ 10 ਨਹੀਂ ਹੁੰਦੀਆਂ ਅੱਛਾ 20 ਕੀ ਹੁੰਦੀਆਂ ਨੇ ਮੈਂ ਜਾਣ ਕੇ ਲਿਖ ਲਿਆ ਵੀ ਜੇ ਪਛਲੇ ਵੀ ਸੰਸਦ ਦੀ ਕਿੰਨੇ ਸੀਟਾਂ ਨੇ ਪੰਜਾਬ ਦੀਆਂ ਸੰਸਦ ਸੰਸਦ ਲੋਕ ਸਭਾ ਦੀ ਸੰਸਦ ਰਾਜ ਸਭਾ ਵੀ ਆ ਗਿਆ ਪਿੱਛੇ ਕਰਕੇ ਇਹਨੇ ਵੀ ਸੰਸਦ ਸਦਨ ਦੀ ਕਿੰਨੇ ਹਾਊਸ ਹੁੰਦੇ ਨੇ ਦੋ ਲੋਕ ਸਭਾ ਤੇ ਰਾਜ ਸਭਾ ਦੋ ਤਨੋਂ ਨੂੰ ਜੋੜ ਦੇ ਕੇ ਤੇ ਕਿੰਨਾਂ ਸਰ ਬਣ ਜੂਗਾ ਵੀ ਓਕੇ ਸੋ ਤਿਆਰ ਰੱਖਣਾ ਆ ਰਿਆ ਆਪਣਾ ਪੰਜਾਬ ਆ ਰੀਆਂ ਟੋਟਲ ਸੀਟਾਂ ਆਪਾਂ 530 ਪਈਆਂ ਨੇ ਆਪਾਂ 513 ਪਈਆਂ ਨੇ ਕਿੰਨੀਆਂ ਬਣੀਆਂ ਨੇ 543 ਤੇ ਦੋ ਐਂਗਲੋ ਇੰਡੀਅਨ ਆ ਪਿਆ ਹੁਣ ਅੱਜ ਕੱਲ ਕਿਉਂ ਨਹੀਂ ਆ ਇਹ ਖਾਤਮੂਗੇ ਓਕੇ ਸੋ ਧਿਆਨ ਚ ਰੱਖਣੀ ਹੈ ਗੱਲਾਂ ਇਹ ਬਹੁਤ ਸਿੰਪਲ ਸਿੰਪਲ ਗੱਲਾਂ ਨੇ ਲੋ ਜੀ ਰਾਸ਼ਟਰਪਤੀ ਬਣਨ ਲਈ ਘੱਟ ਘੱਟ ਆਪ ਨੂੰ ਕਿੰਨੀ ਉਮਰ ਚਾਹੀਦੀ ਹੈ ਰਾਸ਼ਟਰਪਤੀ ਬੰਨਿਆ ਤਾਂ ਆਪ ਨੂੰ ਘੱਟ ਘੱਟ ਉਮਰ ਕਿੰਨੀ ਚਾਹੀਦੀ ਹੈ 35 ਸਾਲ ਦੀ ਠੀਕ ਹੈ ਅੱਛਾ 30 ਸਾਲ ਦੀ ਉਮਰ ਕਿ ਚਾਹੀਦਾ ਆਪ ਨੂੰ ਰਾਜ ਸਭਾ ਠੀਕ ਹੈ 25 ਸਾਲ ਦੀ ਲੋਕ ਸਭਾ ਦਾ ਸੋਰੀ ਲੋਕ ਸਭਾ ਵੀ ਐਮ ਐਲ ਏ ਵੀ ਠੀਕ ਹੈ ਸੋ ਐਮ ਐਲ ਏ ਇੱਥੋਂ ਕੌਣ ਬਣੂਗਾ ਪ੍ਰਾਈਮ ਮਿਨਿਸਟਰ ਠੀਕ ਹੈ ਇਸ ტი ਬਣੂਗਾ ਆਪਣਾ ਚੀਫ ਮਨਿਸਟਰ ਆ ਬਣ ਗਿਆ ਆਪਣਾ ਪ੍ਰੈਜ਼ੀਡੈਂਟ 21 ਸਾਲ ਦਾ ਬੰਦਾ ਕੋਈ ਜਤਨ ਕੁਝ ਬਣ ਸਕਦਾ ਜੀ ਬਣ ਸਕਦਾ ਕੀ ਬਣੂਗਾ ਉਹ ਸਰਪੰਚ ਬਣੇਗਾ ਠੀਕ ਹੈ ਕੀ ਬਣੇਗਾ ਸਰਪੰਚ ਓਕੇ ਸੋ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾ ਗੱਲ ਕਿ ਆਪਣੀ ਜਿਹੜੀ ਸਾਇੰਸ ਵੀ ਚੱਲ ਰਹੀ ਨਾਲ ਨਾਲ ਠੀਕ ਹੈ ਉਹਦੀ ਫਸਟ ਲੈਕਚਰ ਮੈਂ ਐਮਸੀਕਿਊ ਦਾ ਪਾ ਦਿੱਤਾ ਅਪਲੋਡ ਕਰਤਾ ਤੁਸੀਂ ਉਹਨੂੰ ਪਿਆਰ ਦਿਓ ਦੇਖੋ ਉਹਨੂੰ ਬទ ਬទ ਦੇਖਿਆ ਕਰੋ ਤੁਸੀਂ ਦੇਖਦੇ ਘਟੋਂ ਠੀਕ ਹੈ ਥਿਉਰੀ ਜਨਰਲ ਬੇਟਾ ਨਹੀਂ ਆਉਗੀ ਨਾ ਤੁਹਾਨੂੰ ਸਾਇੰਸ ਦੀ ਕਿਸੇ ਵੀ ਸਬਜੈਕਟ ਦੇ ਵਿੱਚ ਕੀ ਹੁੰਦਾ ਥਿਉਰੀ ਜਨਰਲ ਨਹੀਂ ਆਉਂਦੀ ਉਹਨਾਂ ਟਾਈਮ ਤੁਹਾਨੂੰ ਉਹਦੇ ਐਮਸੀਕਿਊ ਨਹੀਂ ਸੋਲਵ ਹੋਣਗੇ ਓਕੇ ਸੋ ਜਿਹੜੀ ਐਸਐਸਟੀ ਹੈ ਨਾ ਇਹ ਸਿੰਪਲ ਹੁੰਦੀ ਹੈ ਆਮ ਗੱਲਾਂ ਨੇ ਆਪਣੇ ਘਰ-ਬਾਰ ਦੀਆਂ ਗੱਲਾਂ ਨੇ ਸਰਪੰਚ ਦੀਆਂ ਗੱਲਾਂ ਨੇ ਐਮਐਲਏ ਦੀਆਂ ਗੱਲਾਂ ਨੇ ਸੁਣੀਆਂ-ਸੁਣੀਆਂ ਗੱਲਾਂ ਨੇ ਹੈ ਨਾ ਸਮਾਜ ਦੀਆਂ ਗੱਲਾਂ ਨੇ ਤਾਂ ਕਰਕੇ ਇਹ ਐਮਸੀਕਿਊ ਰਾਈ ਹੀ ਕਵਰ ਹੋ ਜੂਗਾ ਵੈਸੇ ਬੰਦ ਤਾਂ ਹਾਕ ਤਾਂ ਥਿਉਰੀ ਕਰਾਉਣ ਦਾ ਸੀਗਾ ਪਰ ਇੰਨਾ ਕੀ ਹੁੰਦਾ ਕੋਈ ਦੇਖਦਾ ਨਹੀਂਗਾ ਉਹ ਗੱਲ ਹੁੰਦਾ ਵੀ ਮੈਂ MCQ ਕਰਾ ਹਣਾ ਇਹ ਮੈਨੂੰ ਲੱਗਿਆ ਕਿ ਕੋਈ ਸਬਜੈਕਟ ਕਵਰ ਹੋ ਜਾਊਗਾ ਬਟ ਸਾਇੰਸ ਕਵਰ ਨਹੀਂ ਹੁੰਦਾ ਦੇਖਦਾ ਸੀ ਇਸ ਕਰਕੇ ਉਹਨੂੰ ਮੈਂ ਫਿਰ ਮੈਂ ਡਿਟੇਲ ਚ ਕਰਾਇਆ ਠੀਕ ਹੈ ਸੋ ਦੋਨੇ ਪਲੇਲਿਸਟ ਤੁਹਾਨੂੰ ਮਿਲ ਜਾਣਗੀਆਂ ਜਿਹੜਾ ਬੱਚਾ ਡਿਟੇਲ ਚ ਕਰਨਾ ਚਾਹੁੰਦਾ ਉਹ ਵੀ ਕਰ ਲੈ ਸੁਣ ਲੈ ਯਾਰ 20 ਮਿੰਟਾਂ ਸੁਣਨ ਕੀ ਹੁੰਦਾ ਹੈ ਹੂੰ 20 ਮਿੰਟ ਤੁਸੀਂ ਬਹਿ ਕੇ ਧਿਆਨ ਨਾਲ ਕਨਸੈਪਟ ਸਮਝੋ ਜਿੰਨਾ ਚਿਰ ਕਨਸੈਪਟ ਨਹੀਂ ਆਊਗਾ ਉਹਨਾਂ ਚਿਰ ਤੁਹਾਡੀ ਦਿੱਕਤ ਆਊਗੀ ਮੇਰੀ ਗੱਲ ਯਾਦ ਰੱਖਿਓ ਠੀਕ ਹੈ ਸੋ ਆਪ ਦੇਖੋ ਰਾਸ਼ਟਰਪਤੀ ਕੀ ਕਹਿੰਦਾ 35 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਕਿਸੇ ਉਹ ਸਰਕਾਰੀ ਅਹੁਦੇ ਤੇ ਨਾ ਲੱਗਿਆ ਹੋਵੇ ਉਹ ਲੋਕ ਸਭਾ ਦਾ ਮੈਂਬਰ ਬਣ ਦੇ ਯੋਗ ਹੋਵੇ ਵੀ ਕਟੋ-ਕਟ ਜਿਹਨੂੰ ਪੂਰੇ ਦੇਸ਼ ਦਾ ਹੈੱਡ ਬਣਉਂ ਜਾ ਰਹੇ ਆ ਕਟੋ-ਕਟ ਭਾਈ ਨੂੰ ਲੋਕ ਸਭਾ ਦਾ ਮੈਂਬਰ ਤਾਂ ਬਣ ਯੋਗ ਹੋਵੇ ਜਿਵੇਂ ਨਾ ਕਿਤੇ ਜਿਹਨੂੰ ਜੇ ਵਿੱਚ ਬੋਲਦੇ ਨੇ ਵੀ ਲੰਡਨ ਉੱਚਾ ਨਿਬਾਦ ਗਏ ਠੀਕ ਹੈ ਵੀ ਕਟੋ-ਕਟ ਉਹ ਲੋਕ ਨੂੰ ਚੋਣਨ ਦਾ ਮਾਣਾ ਮੋਟਾ ਮਾਦਾ ਰੱਖਦੇ ਹੋਣ ਓਕੇ ਚਲੋ ਸੋ ਇਹ ਜਿਹੜਾ ਇਹ ਚੋਣ ਕਿਵੇਂ ਕਰਵਾਈ ਜਾਂਦੀ ਹੈ ਹਨਾ ਸੋ ਆਹ ਥੱਲੇ ਲਿਖਿਆ ਹੋਇਆ ਹੈ ਆਰੋ ਲਓ ਜੀ ਆ ਲਿਖਿਆ ਸਾਰਾ ਠੀਕ ਹੈ ਚੌਨ ਮੰਡਲ ਇੱਕ ਚੌਨ ਮੰਡਲ ਦੀ ਚੋਣ ਕਰਵਾਉਂਦਾ ਠੀਕ ਹੈ ਵੋਟਾਂ ਕੀ ਵੋਟਾ ਕੌਣ ਪਾਉਂਦਾ ਇਹਨੂੰ ਲੋਕ ਸਭਾ ਦੇ ਮੈਂਬਰ ਪਾਉਂਦੇ ਨੇ ਰਾਜ ਸਭਾ ਦੇ ਮੈਂਬਰ ਪਾਉਂਦੇ ਨੇ ਤੇ ਜਿਹੜੇ ਇਸ ਪੂਰੇ ਦੇਸ਼ ਦੇ ਵਿੱਚ ਐਮ ਐਲ ਏ ਹੁੰਦੇ ਨੇ ਆ ਤਿੰਨੇ ਬੰਦੇ ਵੋਟਾਂ ਪਾਉਂਦੇ ਨੇ ਓਕੇ ਸੋ ਇੱਕ ਗੱਲ ਹੋਰ ਦੱਸਾਂ ਵੀ ਜਿਹੜਾ ਬੰਦਾ ਰਾਸ਼ਟਰਪਤੀ ਬੰਦੇ ਨਿਯੁਕਤ ਨਿਯੁਕਤ ਕਰਦਾ ਆਪਦੇ ਕੋਲੋਂ ਉਹਨੂੰ ਵੋਟ ਨਹੀਂ ਪਾਉਣਗੇ ਮੇਰੀ ਗੱਲ ਫਿਰ ਸੁਣ ਲਓ ਇਹ ਵੋਟ ਨਹੀਂ ਪਾਉਣਗੇ ਪਰ ਇਹ ਬੰਦੇ ਵੋਟ ਉੱਥੇ ਪਾਉਣਗੇ ਜਦੋਂ ਇਲੈਕਸ਼ਨ ਹੋਇਆ ਵਾਈਸ ਪ੍ਰੈਜ਼ੀਡੈਂਟ ਦਾ ਉੱਥੇ ਵੋਟ ਪਾ ਸਕਦੇ ਆ ਇਹ ਠੀਕ ਹੈ ਸਿਰਫ ਰਾਸ਼ਟਰਪਤੀ ਜਦੋਂ ਵੋਟਾ ਹੁੰਣਾ ਉਦੋਂ ਨਹੀਂ ਪਾਉਂਦੇ ਅੱਛਾ ਜੇਕਰ ਰਾਸ਼ਟਰਪਤੀ ਨੂੰ ਉਦੋਂ ਤੇ ਲਾਉਣਾ ਹੈ ਉਦੋਂ ਜਿਹੜੇ ਨਿਯੁਕਤ ਕੀਤੇ ਬੰਦੇ ਇਹਨੇ 12 ਕਿਤੇ ਰਾਜ ਸਭਾ ਚ 2 ਕਿਤੇ ਇੱਧਰ ਵੋਟ ਪਾ ਸਕਦੇ ਆ ਪਰ ਆ ਤਾਂ ਹੁਣ ਹੈ ਹੀ ਨਹੀਂਗਾ ਵਾਸ ਸਕਦੇ ਵੋਟ ਨੂੰ ਫਿਰ ਬਾਸ ਸਕਦੇ ਵੋਟ ਫਿਰ ਹੱਕ ਚ ਆਉਣਗੇ ਵੀ ਨਹੀਂ ਯਾਰ ਵੀ ਮੈਨੂੰ ਤੋਂ ਨੇ ਹਰਾਸਾਬਤ MP ਬਣਾਇਆ ਸੀ ਫਿਰ ਸਪੋਰਟ ਕਰਕੇ ਹਨਾ ਹੱਕ ਦਾ ਬੰਦਾ ਹੈ ਠੀਕ ਹੈ ਚਲੋ ਲਓ ਜੀ ਦੇਖ ਲਓ ਕੁਝ ਹੋਰ ਦੇਖ ਤਾ 5 ਸਾਲ ਦਾ ਕਾਰਜਕਾਲ ਪੱਢ ਲਿਆ ਹਨਾ ਤੇ ਦੂਜੀ ਵਾਰ ਵੀ ਚੋਣ ਲੜ ਸਕਦਾ ਜਿੰਨੀ ਮਰਜ਼ੀ ਲੜੀ ਜਾਣ ਆਪਾਂ ਨੇ ਤਾਂ ਫਿਰ ਤੈਨੂੰ ਪਤਾ ਹੀ ਹੈ ਵੱਡੇ ਵੱਡੇ ਸਰਾਲੇ ਉੱਤੇ ਬੈਠੇ ਹਨ ਲੋ ਜੀ ਅਗਰ ਰਾਸ਼ਟਰਪਤੀ ਦਾ ਮਨ ਉਹਦਾ ਖਾਲੀ ਹੋ ਗਿਆ ਮੰਨ ਲਓ ਜਾਂ ਤੋਂ ਦੀ ਡੈਥ ਹੋ ਗਈ ਜਾਂ ਉਹ ਰਿਜ਼ਾਈਨ ਕਰ ਗਿਆ ਜਾਂ ਉਹ ਰਿਮੂਵ ਕਰਤਾ ਕੋਈ ਵੀ ਕਾਰਨ ਬਣਿਆ ਵਿਚਾਰਾ ਤਾਂ ਅਫੀਸ ਉਹਦਾ ਖਾਲੀ ਹੋ ਗਿਆ ਤਾਂ ਕਿੰਨੇ ਟਾਈਮ ਬਾਅਦ ਜਿਹੜਾ ਉਹ ਦੁਬਾਰਾ ਚੋਣ ਕਰਾਈ ਜਾਊਗੀ ਠੀਕ ਹੈ ਸੋ ਉਹ ਚੋਣ ਕਰਾਈ ਜਾਊਗੀ ਇਹਦੀ ਕਟੋ-ਕਟ 6 ਮਹੀਨਿਆਂ ਦੇ ਅੰਦਰ-ਅੰਦਰ ਸੋ 6 ਮਹੀਨਿਆਂ ਦੇ ਅੰਦਰ-ਅੰਦਰ ਕੀ ਹੋਊਗੀ ਇਹਦੀ ਚੋਣ ਹੋ ਜਾਊਗੀ ਦੁਬਾਰਾ ਓਕੇ ਠੀਕ ਹੈ ਚਲੋ ਜੀ ਲੋ ਜੀ ਆਪਣਾ ਜਿਹੜਾ ਲੈਕਚਰ ਹੈ ਖਤਮ ਹੋ ਗਿਆ ਠੀਕ ਹੈ ਸੋ ਤੁਸੀਂ ਕੀ ਕਰਨਾ ਰਾਜੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨਵੇਂ ਆ ਬਹੁਤ ਵਧੀਆ ਤੁਹਾਡਾ ਪਿਆਰ ਮਿਲ ਰਿਹਾ ਮੈਨੂੰ ਹਨਾ ਸੋ ਇਦਾਂ ਪਿਆਰ ਬਣਾ ਕੇ ਰੱਖੋ ਆਪਣੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰ ਦਿਆ ਕਰੋ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ 'ਚ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਹੈ ਸੋ ਕੀ ਕਰਿਆ ਕਰੋ ਤੁਸੀਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਸੋ ਆਪਣੀ ਐਸਐਸਟੀ ਦਾ ਆਪਣਾ ਲਗਭਗ ਆਪਣਾ ਕੰਪਲੀਟ ਹੋ ਹੀ ਗਿਆ ਹਨਾ ਸੋ ਮੈਂ ਤੁਹਾਨੂੰ ਦੁਬਾਰਾ ਵੀ ਕਰਵਾਉਂਗਾ ਸਾਰੇ ਹਨਾ ਕੁਐਸਚਨ ਦਾ ਮੈਂ ਨਾ ਨੇਚਰ ਚੇਂਜ ਕਰਦਿਆ ਕਰੂੰਗਾ ਪਰ ਉਹਦੇ ਵਿੱਚ ਤੁਹਾਨੂੰ ਐਕਸਪਲੇਨ ਕਰਦਿਆ ਕਰੂੰਗਾ ਜਿਹੜਾ ਤੁਹਾਨੂੰ ਚੀਜ਼ ਨਹੀਂ ਆਉਂਦੀ ਤੁਸੀਂ ਤੁਹਾਡਾ ਹੱਕ ਮੰਨਦਾ ਇੱਕ ਕਾਪੀ ਜੀ ਲਓ ਉਸ ਬੇਜ ਉੱਪਰ ਨੋਟ ਕਰਦੇ ਜਾਓ ਠੀਕ ਹੈ ਸੋ ਤੁਸੀਂ ਆਪਾਂ ਐਮਸੀਕੂ ਰਹੀ ਆਪਾਂ ਫਿਰ ਅੱਗੇ ਦੇ ਅੱਗੇ ਆਪਾਂ ਜਿਹੜੀ ਨੌਲੇਜ ਆਪਾਂ ਸ਼ੇਅਰ ਕਰਾਂਗੇ ਕੋਈ ਦਿੱਕਤ ਨਹੀਂ ਐ ਸਾਇੰਸ ਵੀ ਕਰੋ ਨਾਲ ਨਾਲ ਠੀਕ ਹੈ ਨਾਲ ਨਾਲ ਤੁਸੀਂ ਐਸਐਸਟੀ ਵੀ ਕਰੋ ਠੀਕ ਹੈ ਉਹਨੋਂ ਵਾਲੇ ਸਮਝ ਮਨਾ ਇੰਗਲਿਸ਼ ਦੇ ਲੈਕਚਰ ਬਣਾ ਰਿਹਾ ਠੀਕ ਹੈ ਫਿਰ ਮੈਂ ਅਸਦੇ ਅਪਲੋਡ ਕਰਿਆ ਕਰੂੰਗਾ ਮੈਂ ਰਿਕਾਰਡ ਕਰਕੇ ਰੱਖਣਾ ਸਾਰੇ ਫਿਰ ਦਿੱਕਤ ਨਹੀਂ ਆਉਂਦੀ ਹਨਾ ਸੋ ਹੁਣ ਮੈਂ ਜੇ ਮੈਂ ਬਿਮਾਰ ਹੋ ਗਿਆ ਸੀਗਾ ਤੇ ਫਿਰ ਲੈਕਚਰ ਰਿਕਾਰਡ ਕਰਨ ਦੀ ਦਿੱਕਤ ਆ ਗਈ ਤਾਂ ਕਰਕੇ ਲੈਕਚਰ ਨਹੀਂ ਹੋਇਆ ਪਰ ਦੋ ਤਿੰਨ ਦਿਨ ਚਾਰ ਦਿਨ ਸੋ ਤੁਸੀਂ ਕਰਨਾ ਬਸ ਇੰਗਲਿਸ਼ ਦਾ ਮੈਂ ਸਾਰੀ ਗ੍ਰਾਮਰ ਰਿਕਾਰਡ ਕਰਕੇ ਰੱਖ ਲੂੰਗਾ ਫਿਰ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਗ੍ਰਾਮਰ ਤੇ ਨੋਟਸ ਬਣੇ ਪਏ ਆ ਫਿਰ ਆਪਾਂ ਅਪਲੋਡ ਕਰਦੇ ਆਵਾਂਗੇ ਠੀਕ ਹੈ ਸੋ ਓਕੇ ਫਿਰ ਥੈਂਕ ਯੂ ਵੈਰੀ ਮੱਚ ਲਵ ਯੂ 올 ਆ ਠੀਕ ਹੈ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਠੀਕ ਹੈ ਨਿਕਣੇ ਜਿਹੜੇ ਛੋਟੇ 10th ਕਲਾਸ ਦੇ ਬੱਚੇ ਉਹਨਾਂ ਨੂੰ ਵੀ ਰეკਮੈਂਡ ਕਰ ਦਿਓ ਉਹ ਵੀ ਦੇਖ ਲੈਣਗੇ ਸਿੱਖ ਲੈਣਗੇ ਹਨ ਸੋ ਇਹ ਜਿਹੜਾ ਲੈਕਚਰ ਹੈ ਸਭ ਵਾਸਤੇ ਹੀ ਹੈ ਜ਼ਰੂਰੀ ਨਹੀਂ ਹੈ ਵੀ ਜਿਹੜੇ ਪੀਐਸਟੈਟ ਲਈ ਤਿਆਰੀ ਕਰ ਰਿਹਾ ਹੈ ਜਿਹੜੇ ਬੱਚੇ 10th ਕਲਾਸ ਚ ਹੈ 9th ਚ ਹੈ ਜਾਂ ਕੋਈ ਵੀ ਕੋਈ ਨੋਲਿਜ ਰੱਖਣਾ ਚਾਹੁੰਦਾ ਹੈ ਤੇ ਸਭ ਨੂੰ ਕੀ ਹੋਊਗਾ ਇਹ ਹੀ ਲੈਕਚਰ ਫਾਇਦੇਮੰਦ ਹੋਊਗਾ ਓਕੇ ਸੋ ਓਕੇ ਫਿਰ ਮਿਲਦੇ ਆਂ ਫਿਰ ਅਗਲੇ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਵੈਰੀ ਮੱਚ ਲਵ ਯੂ ਆਲ